ਕੈਨੇਡਾ 'ਚ ਪੰਜਾਬੀਆਂ ਦਾ ਗੜ੍ਹ ਵਜੋਂ ਜਾਂਦੇ ਸਰੀ ਸੈਂਟਰ ਸੰਸਦੀ ਹਲਕੇ ਤੋਂ ਆਉਂਦੀਆਂ ਸੰਸਦੀ ਚੋਣਾਂ ਵਾਸਤੇ ਕੰਜ਼ਰਵੇਟਿਵ ਪਾਰਟੀ ਨੇ ਟੀਨਾ ਬੈਂਸ ਅਤੇ ਨਿਊ ਡੈਮੋਕ੍ਰੈਟਿਕ ਪਾਰਟੀ ਨੇ ਸੋਨੀਆ ਨੂੰ ਆਪਣਾ ਪਾਰਟੀ ਉਮੀਦਵਾਰ ਐਲਾਨਿਆ ਹੈ। ਇਹਨਾਂ ਦਾ ਮੁਕਾਬਲਾ ਮੌਜੂਦਾ ਸੰਸਦ ਮੈਂਬਰ ਅਤੇ ਲਿਬਰਲ ਉਮੀਦਵਾਰ ਰਣਦੀਪ ਸਿੰਘ ਸਰਾਏ ਨਾਲ ਹੋਵੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਉਂਦੇ ਕੁਝ ਦਿਨਾਂ 'ਚ ਕੈਨੇਡਾ ਦੀਆਂ ਮੱਧਕਾਲੀ ਸੰਸਦੀ ਚੋਣਾਂ ਦਾ ਐਲਾਨ ਕਰ ਸਕਦੇ ਹਨ। ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਰਸੂਲਪੁਰ ਦੇ ਭਾਰਤੀ ਫੌਜ 'ਚ ਕਰਨਲ ਰਹੇ ਸਵਰਗੀ ਮਹਿੰਦਰ ਸਿੰਘ ਬਾਠ ਦੀ ਧੀ ਟੀਨਾ ਬੈਂਸ 1988 'ਚ ਵਿਆਹ ਕਰਵਾ ਕੇ ਕੈਨੇਡਾ ਆਈ ਸੀ ਅਤੇ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਖ ਵੱਖ ਵਿਭਾਗਾਂ 'ਚ ਕੰਮ ਕਰ ਚੁੱਕੀ ਹੈ। ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੀ ਜੰਪਲ ਅਤੇ ਉੱਘੀ ਸਮਾਜ ਸੇਵਿਕਾ ਸੋਨੀਆ ਆਂਧੀ ਸੰਸਦ ਦੀ ਪੌੜੀ ਚੜ੍ਹਨ ਵਾਸਤੇ ਪਹਿਲੀ ਵਾਰ ਚੋਣ ਮੈਦਾਨ 'ਚ ਨਿਤਰੀ ਹੈ। ਰੇਡੀਓ ਅਤੇ ਟੀਵੀ ਬ੍ਰੌਡਕਾਸਟਰ ਤੋਂ ਸਿਆਸਤ ਵਿੱਚ ਆਈ ਸੋਨੀਆ ਆਂਧੀ ਲੋਕਾਂ ਨੂੰ ਸਿਹਤ ਸੰਬੰਧੀ ਕਾਉਂਸਲਿੰਗ ਕਰਦੀ ਹੈ। 1987 'ਚ ਭਾਰਤ ਤੋਂ ਕੈਨੇਡਾ ਆਈ ਸੋਨੀਆ ਨੇ ਸੋਸ਼ਲ ਵਰਕਰ ਵਿਸ਼ੇ 'ਤੇ ਕਾਫੀ ਕੰਮ ਕੀਤੇ ਹਨ।